ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ, ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਇਨਵਾਇਰਮੈਂਟ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸੁਹਿਰਤਾ ਕਾਇਮ ਕੀਤੀ ਹੈ ਅਤੇ ਇਹਨਾਂ ਦਾ ਮੁੱਖ ਮਕਸਦ ਹੈ ਕਿ ਇਨਵਾਇਰਮੈਂਟ ਪ੍ਰਤੀ ਲੋਕ ਸੁਹਿਰਦ ਹੋਣ ਤਾਂ ਕਿ ਅਸੀਂ ਇੱਕ ਸਾਫ਼ ਸਵੱਛ ਇਨਵਾਇਰਮੈਂਟ ਵਿੱਚ ਜੀ ਸਕੀਏ। ਸਵਾਗਤ ਕਰਦੇ ਹਾਂ ਬਲਬੀਰ ਸਿੰਘ ਸੀਚੇਵਾਲ ਜੀ ਦਾ। ਵੈਲਕਮ ਜੀ, ਸਤਿ ਸ਼੍ਰੀ ਅਕਾਲ। ਸੋ ਸੀਚੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਉੱਥੇ ਕੰਮ ਸ਼ੁਰੂ ਕੀਤਾ, ਜਦੋਂ ਤੁਸੀਂ ਪਹਿਲਾਂ ਵੀ ਆਏ, ਲੋਕ ਵੀ ਜਾਣਦੇ ਨੇ ਕਿ ਇਸ ਮਕਸਦ ਨਾਲ ਤੁਸੀਂ ਕਰ ਰਹੇ ਹੋ ਕਿ ਲੋਕਾਂ ਵਿੱਚ ਇਹ ਪਤਾ ਲੱਗੇ ਉਹਨਾਂ ਨੂੰ ਕਿ ਇਨਵਾਇਰਮੈਂਟ ਦੀ ਕਿੰਨੀ ਮਹੱਤਤਾ ਹੈ, ਕਿੰਨੇ ਕੁ ਤੁਸੀਂ ਕਾਮਯਾਬ ਹੋ ਰਹੇ ਹੋ ਉਹਦੇ ਵਿੱਚ? ਅਸੀਂ ਦੇਖਿਆ ਕਿ ਅੱਜ ਤੋਂ ਜਦੋਂ 10-12 ਸਾਲ ਪਹਿਲਾਂ ਅਸੀਂ ਇਹ ਕਾਰਜ ਸ਼ੁਰੂ ਕੀਤਾ, ਉਸ ਵੇਲੇ ਬਿਲਕੁਲ ਲੋਕਾਂ ਦੇ ਵਿੱਚ ਨਿਰਾਸ਼ਤਾ ਸੀ ਵੀ ਇਹ ਕੁਛ ਨਹੀਂ ਹੋਣ ਵਾਲਾ। ਦੁਖੀ ਲੋਕ ਸੀਗੇ, ਸਮਝ ਵੀ ਆਉਂਦੀ ਸੀ ਪਰ ਉਹਦੇ ਵਿੱਚ ਨਿਰਾਸ਼ਤਾ ਸੀ ਕਿ ਇਹ ਕੁਛ ਨਹੀਂ ਹੋਣ ਵਾਲਾ। ਜਦੋਂ ਤੋਂ ਪਵਿੱਤਰ ਬੇਈ ਦੀ ਸੇਵਾ ਦਾ ਕਾਰਜ ਆਰੰਭ ਹੋਇਆ, ਫਿਰ 2004 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਇਸ ਕਾਰਜ ਨੂੰ ਭਾਰਤ ਦੀਆਂ 9 ਪ੍ਰਾਪਤੀਆਂ 'ਚ ਗਿਣਿਆ। ਫਿਰ ਉਸ ਤੋਂ ਮਗਰੋਂ 2006 ਵਿੱਚ ਭਾਰਤ ਦੇ ਰਾਸ਼ਟਰਪਤੀ ਚੱਲ ਕੇ ਉਹ ਕਾਰਜ ਨੂੰ ਦੇਖਣ ਵਾਸਤੇ ਆਏ। ਉਸ ਵੇਲੇ ਬੁੱਧੀਜੀਵੀ ਵਰਗ 'ਤੇ ਵੀ ਪ੍ਰਭਾਵ ਪਿਆ, ਪ੍ਰਸ਼ਾਸਨ 'ਤੇ ਵੀ ਪ੍ਰਭਾਵ ਪਿਆ, ਅਤੇ ਉਸ ਵੇਲੇ ਜਿਹੜਾ ਸੀਗਾ ਐਜੂਕੇਸ਼ਨ ਦੇ ਵਿੱਚ ਇਨਵਾਇਰਮੈਂਟ ਦਾ ਵਿਸ਼ਾ ਲਾਗੂ ਹੋਇਆ। ਹੁਣ ਸਕੂਲ ਕਾਲਜ ਦੀ ਡਿਗਰੀ ਜਦੋਂ ਤਾਂ ਮਿਲੂਗੀ ਜੇ ਇਨਵਾਇਰਮੈਂਟ ਦਾ ਵਿਸ਼ਾ ਬੱਚਾ ਪਾਸ ਕਰੂਗਾ। ਸੋ ਉਹਦੇ ਵਿੱਚ ਜਿਹੜਾ ਹੈਗਾ ਕਿ ਜਿਹੜੀ ਲੋਕਾਂ ਨੂੰ ਇਹ ਪਤਾ ਲੱਗਾ ਕਿ ਜੋ ਕੁਛ ਹੋ ਰਿਹਾ ਗੈਰ ਕਾਨੂੰਨੀ ਆ, ਇਸ ਕਰਕੇ ਇਹ ਗਲਤ ਹੋ ਰਿਹਾ, ਲੋਕ ਵੀ ਅਵੇਅਰ ਹੋਏ ਉਹਦੇ ਨਾਲ। ਜਿਹੜੀ ਹੈਗੀ ਆ, ਹੁਣ ਤੁਸੀਂ ਦੇਖੋਗੇ ਉਸ ਵੇਲੇ ਦੀ ਜਿਹੜੀ ਹੈਗੀ ਆ ਜਿਹੜੀ ਪ੍ਰਿੰਟ ਮੀਡੀਆ ਦੀ ਕਵਰੇਜ ਤਾਂ ਇਸ ਵੇਲੇ ਦੀ ਜਿਵੇਂ ਸਮਾਨ ਦਾ ਫਰਕ ਪੈ ਗਿਆ। ਇਸ ਵੇਲੇ ਤੁਸੀਂ ਦੇਖੋਗੇ ਬਹੁਤ ਅਖਬਾਰਾਂ ਦੇ ਕਿੰਨੇ ਕਿੰਨੇ ਪੇਜ ਉਹ ਇਨਵਾਇਰਮੈਂਟ ਦੀ, ਹਰ ਟੈਲੀਵਿਜ਼ਨ ਦੇ ਉੱਤੇ ਇਨਵਾਇਰਮੈਂਟ ਦੀ ਗੱਲ ਹੋ ਰਹੀ ਹੈ। ਪੰਜਾਬ ਦੇ ਵਿੱਚ ਉਹ ਜਿਹੜਾ ਹੈਗਾ ਜਿੱਥੇ ਜਿੱਥੇ ਇਹ ਕਾਰਜ ਆ ਉਹਨਾਂ ਵਾਸਤੇ ਪਿੰਡਾਂ ਵਿੱਚ ਲੋਕ ਆਪਣੇ ਤੌਰ 'ਤੇ ਜਿਹੜੇ ਹੈਗੇ ਸੀਵਰੇਜ ਪਾਉਣ ਲੱਗ ਪਏ, ਆਪਣੇ ਨਾਲ ਪਲਾਂਟੇਸ਼ਨ ਸ਼ੁਰੂ ਹੋ ਗਿਆ, ਕਿਉਂਕਿ ਗੁਰੂ ਘਰਾਂ ਵਿੱਚ ਵੀ ਹੁਣ ਪੌਦਿਆਂ ਨੂੰ ਜਿਹੜਾ ਹੈਗਾ ਇੱਕ ਪ੍ਰਸ਼ਾਦ ਦੇ ਤੌਰ 'ਤੇ ਦਿੱਤਾ ਜਾਣ ਲੱਗ ਪਿਆ। ਸੋ ਇਹ ਇੱਕ ਹੁਣ ਇੱਕ ਲਹਿਰ ਬਣ ਚੁੱਕੀ ਹੈ, ਕਿਉਂਕਿ ਭਾਵੇਂ ਕਿ ਹਜੇ ਇਹ ਕਾਰਜ ਬਹੁਤ ਲੰਬਾ ਵਾ ਅਤੇ ਰੈਗੂਲਰ ਕਰਨ ਵਾਲਾ, ਕਿਉਂਕਿ ਇਹ ਸਭ ਤੋਂ ਵੱਡੀ ਜਾਗਰੂਕਤਾ, ਲੋਕਾਂ ਦੀ ਜਾਗਰੂਕਤਾ, ਸਰਕਾਰ ਦੀ ਜਾਗਰੂਕਤਾ, ਪ੍ਰਸ਼ਾਸਨ ਦੀ ਜਾਗਰੂਕਤਾ ਅਤੇ ਕਾਨੂੰਨ ਦੀ ਜਾਣਕਾਰੀ ਹੋਣਾ। ਸੋ ਇਹ ਤੋਂ ਇਹ ਹੁਣ ਸਾਰਾ ਕੁਛ ਲੋਕਾਂ ਨੂੰ ਉਪਲਬਧ ਹੋ ਗਿਆ ਅਤੇ ਲੋਕ ਜਾਗਰੂਕ ਵੀ ਹੋਇਆ, ਆਵਾਜ਼ ਵੀ ਉਠਾ ਰਿਹਾ ਅਤੇ ਪੋਲੀਟੀਕਲ ਪ੍ਰੈਸ਼ਰ ਵੀ ਬਣਿਆ। ਹੁਣ ਰਾਜਨੀਤਿਕ ਪਾਰਟੀਆਂ ਆਪਣੇ ਚੋਣ ਏਜੰਡਿਆਂ ਦੇ ਵਿੱਚ ਵੀ ਇਸ ਇਨਵਾਇਰਮੈਂਟ ਨੂੰ ਲੈ ਕੇ ਆ ਰਹੀਆਂ ਅਤੇ ਉਹ ਵਾਅਦੇ ਵੀ ਕਰ ਰਹੀਆਂ ਕਿ ਅਸੀਂ ਆ ਜਿਹੜਾ ਹੈਗਾ ਵਾ ਇਹਨੂੰ ਪਾਣੀ ਨੂੰ ਸਾਫ਼ ਕਰਾਂਗੇ। ਇਹੋ ਜਿਹੇ ਜਿਹੜੀ ਹੈਗੀ ਆ ਉਹਨਾਂ ਦੀ ਬਾਣੀ ਦੇ ਉੱਤੇ ਵੀ ਇਹੋ ਜਿਹੇ ਸ਼ਬਦ ਆਉਣੇ ਸ਼ੁਰੂ ਹੋਏ। ਕਿਹੜੀ ਚੀਜ਼ ਤੁਹਾਨੂੰ ਪ੍ਰੇਰਿਤ ਕਰਦੀ ਹੈ, ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਬਹੁਤ ਸਾਰਾ ਪੰਜਾਬ ਵਿੱਚ ਡੇਰਾਵਾਦ ਅਤੇ ਹੋਰ ਚੀਜ਼ਾਂ ਹੋ ਰਹੀਆਂ ਨੇ, ਪਰ ਇਹਨਾਂ ਚੀਜ਼ਾਂ ਨੂੰ ਭਾਵੇਂ ਅਸੀਂ ਕਹਿ ਦਿੰਦੇ ਹਾਂ ਕਿ ਬਾਣੀ ਵਿੱਚ ਵੀ ਇਹੀ ਸਾਨੂੰ ਮਿਲਦਾ ਹੈ, ਧਰਤੀ ਦੇ ਬਾਰੇ, ਆਕਾਸ਼ ਬਾਰੇ, ਪਾਣੀ ਬਾਰੇ, ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਦੇ ਅਸੀਂ ਗਲਤ ਕਰਦੇ ਹਾਂ, ਪਰ ਇਹ ਸਿਰਫ ਲਫ਼ਜ਼ੀ ਤੌਰ 'ਤੇ ਰਹਿ ਜਾਂਦਾ ਹੈ। ਤੁਹਾਨੂੰ ਕਿਹੜੀ ਚੀਜ਼ ਪ੍ਰੇਰਿਤ ਕਰਦੀ ਕਿ ਤੁਸੀਂ ਇਸ ਏਜੰਡੇ ਨੂੰ ਲੈ ਕੇ ਅੱਗੇ ਆ ਰਹੇ ਹੋ? ਸਾਨੂੰ ਤਾਂ ਬਾਬੇ ਨਾਨਕ ਦੀ ਬਾਣੀ, ਜੋ ਅਸੀਂ ਉਹ ਜਦੋਂ ਤੋਂ ਸੇਵਾ ਦੇ ਕਾਰਜ ਹੋਏ ਹਾਂ, ਪਹਿਲਾਂ ਸਾਡਾ ਉਸ ਇਲਾਕੇ ਦੇ ਰਸਤਿਆਂ ਦੇ ਉੱਤੇ ਗੱਲ ਪਈ ਵੀ ਰਸਤਿਆਂ ਦੀ ਬਹੁਤ ਵੱਡੀ ਸਮੱਸਿਆ, ਲੋਕ ਜਾ ਨਹੀਂ ਸਕਦੇ, ਬੱਚੇ ਪੜ੍ਹਨ ਨਹੀਂ ਜਾ ਸਕਦੇ, ਵਿਕਾਸ ਰਾਹਾਂ ਦੀ ਸੇਵਾ ਸ਼ੁਰੂ ਕੀਤੀ। ਫਿਰ ਜਦੋਂ 2000 ਦੇ ਵਿੱਚ ਪਵਿੱਤਰ ਵੇਈ ਦੀ ਇਹ ਹਾਲਤ ਇਤਿਹਾਸਕ ਸਥਾਨ ਦੀ ਦੇਖੀ ਅਤੇ ਉਹਦਾ ਜਿਹੜਾ ਕੋਈ ਦਰਦ ਆਇਆ ਕਿ ਜੇਕਰ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਜੇ ਸਾਨੂੰ ਜੀਵਨ ਮਿਲਿਆ ਕਿ ਅਸੀਂ ਇਹ ਸਭ ਕੁਛ ਵਿਗਾੜ ਕੇ ਇੱਥੋਂ ਜਾਵਾਂਗੇ, ਉਹਦੇ ਤੋਂ ਜਿਹੜੀ ਹੈਗੀ ਆ ਗੁਰਬਾਣੀ ਤੋਂ ਹੀ ਇਹ ਪ੍ਰੇਰਨਾ ਮਿਲੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਪਹਿਲਾ ਪਾਣੀ ਜੀਓ ਹੈ ਜਿੱਤ ਰਿਹਾ ਸਭ ਕੋਈ। ਜਿਹੜੀ ਗੱਲ ਤੁਸੀਂ ਕਹਿੰਦੇ 100% ਜਿਹੜੀ ਹੈਗੀ ਆ ਸਹੀ ਸਾਹਮਣੇ ਦਿਸ ਰਹੀ ਹੈ ਕਿ ਬਾਣੀ ਸਾਨੂੰ ਇਨਵਾਇਰਮੈਂਟ ਨਾਲ ਜੋੜ ਰਹੀ ਹੈ ਅਤੇ ਅਸੀਂ ਉਹ ਪੰਜਾਬ ਦੇ ਇਨਵਾਇਰਮੈਂਟ ਨੂੰ ਦੂਸ਼ਿਤ ਕਰ ਦਿੱਤਾ। ਭਾਵ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਪਰ ਬਾਣੀ ਦੇ ਉੱਤੇ ਅਸੀਂ ਚੱਲਦੇ, ਅਮਲ ਨਹੀਂ ਕਰਦੇ। ਜੇ ਅਮਲ ਕੀਤਾ ਹੁੰਦਾ ਤਾਂ ਅੱਜ ਵਿਸ਼ਵ ਦੇ ਵਿੱਚ ਨਾਂ ਹੁੰਦਾ ਕਿ ਜੇ ਬਾਬੇ ਨਾਨਕ ਦੇ ਫੋਲੋਅਰ ਜਿਹੜੇ ਹੈ ਗੁਰਬਾਣੀ ਦੇ ਫੋਲੋਅਰ ਆ ਉਹਨਾਂ ਨੂੰ ਜਾ ਕੇ ਦੇਖੋ, ਉਹਨਾਂ ਨੇ ਪੰਜਾਬ ਦੇ ਵਿੱਚ ਏਅਰ ਪੋਲਿਊਸ਼ਨ ਨਹੀਂ ਹੋਣ ਦਿੱਤਾ, ਵਾਟਰ ਪੋਲਿਊਸ਼ਨ ਨਹੀਂ ਹੋਣ ਦਿੱਤਾ, ਉਹ ਧਰਤੀ ਨੂੰ ਉਹ ਕੈਮੀਕਲਾਂ ਨਾਲ ਹੀ ਸਿੰਜ ਰਹੇ, ਪਰ ਹੋਇਆ ਇਹਦੂ ਸਾਰਾ ਉਲਟ। ਅਤੇ ਇਸ ਕਰਕੇ ਜਿਹੜੀ ਬਾਣੀ ਦਾ ਸੁਨੇਹਾ ਉਹ ਤੋਂ ਵਿਸ਼ਵ ਵਿਆਪੀ ਹੈ। ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਹੀਏ, ਵੀ ਅਸੀਂ ਇਕੱਲਾ ਪੰਜਾਬ ਵਿੱਚ ਬੈਠੇ ਨਹੀਂ ਜੀ, ਇੱਥੇ ਬੈਠੇ ਹਾਂ, ਇਨਵਾਇਰਮੈਂਟ ਪ੍ਰਤੀ ਸਾਡੀ ਇੱਥੇ ਵੀ ਡਿਊਟੀ ਬਣਦੀ ਹੈ, ਅਸੀਂ ਇੱਥੇ ਵੀ ਗੁਰੂ ਮਹਾਰਾਜ ਦੇ ਉਪਦੇਸ਼ ਅਨੁਸਾਰ ਇੱਥੇ ਵੀ ਉਹ ਡਿਊਟੀ ਨਿਭਾਈਏ। ਪਰ ਉਹ ਜਿਹੜੀ ਬਾਣੀ ਹੈ ਉਹ ਸਾਰਿਆਂ ਨੂੰ ਉਪਦੇਸ਼ ਦਿੱਤੀ ਹੈ, ਸਾਂਝਾ ਉਪਦੇਸ਼ ਦਿੱਤੀ ਹੈ, ਸਾਰੀ ਕਾਇਨਾਤ ਦੀ ਗੱਲ ਕਰਦੀ ਹੈ, ਉਹਦੇ ਵਿੱਚ ਹਵਾ ਪਾਣੀ ਦੀ ਗੱਲ ਆਉਂਦੀ ਹੈ ਕਿ ਜੇ ਅੱਜ ਗਲੋਬਲ ਵਾਰਮਿੰਗ ਦੀ ਗੱਲ ਹੋ ਰਹੀ ਹੈ ਅਤੇ ਜੇ ਉਹਨੂੰ ਮਤਲਬ ਦੂਰ ਕਰਕੇ ਕਰਨਾ ਵਾ, ਉਹਦਾ ਇਹੋ ਹੀ ਇੱਕੋ ਇੱਕ ਰਾਹ ਹੈ ਗੁਰਬਾਣੀ ਦੇ, ਵੀ ਅਸੀਂ ਇਨਵਾਇਰਮੈਂਟ ਨੂੰ ਜਿਹੜਾ ਹੈ ਸਤਿਕਾਰ ਕਰੀਏ।
ਸਨਮਾਨ ਦੇਈਏ, ਹਵਾ ਨੂੰ ਸਨਮਾਨ ਦੇਈਏ, ਕਿਉਂਕਿ ਇਹਦੇ ਵਿੱਚ ਅਸੀਂ ਸਾਹ ਅਸੀਂ ਵੀ ਲੈ ਰਹੇ ਹਾਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਲੈਣਾ, ਪਾਣੀ ਅਸੀਂ ਵੀ ਪੀ ਕੇ ਜੀ ਰਹੇ ਹਾਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਜੀਣਾ, ਜਿਸ ਧਰਤੀ 'ਤੇ ਅਸੀਂ ਜੀ ਰਹੇ ਹਾਂ ਸਾਡੀਆਂ ਆਉਣ ਵਾਲੇ ਬੱਚਿਆਂ ਨੇ ਆਉਣ ਵਾਲੀਆਂ ਨੇ, ਅਤੇ ਜੇ ਅਸੀਂ ਇਹਨੂੰ ਖਤਮ ਕਰ ਦਿੱਤਾ ਸਾਡੇ ਪੈਸੇ ਕਿੰਨਾ ਕੁ ਦਿਨ ਸਾਡੇ ਨਾਲ ਚੱਲਣਗੇ, ਸਾਡੀ ਜਿਹੜਾ ਬੈਂਕ ਬੈਲੈਂਸ ਆ ਉਹ ਤਾਂ ਹਸਪਤਾਲਾਂ 'ਚ ਚੱਲ ਜੂਗਾ, ਕੈਂਸਰ ਪੀੜ੍ਹੀਆਂ ਲੈ ਜੂਗਾ, ਸਾਡੇ ਕੋਲ ਬੱਚਿਆ ਕੀ? ਇਹ ਸਮਝਣ ਵਾਲੀ ਗੱਲ ਆ। ਇਹ ਤੁਸੀਂ ਜਿਹੜੀ ਜ਼ਿਕਰ ਕੀਤਾ, ਕਿਉਂਕਿ ਇਸ ਸਮੇਂ ਜੋ ਇੱਥੇ ਬੈਠ ਕੇ ਅਸੀਂ ਸੁਣੇ ਕਿ ਪੰਜਾਬ ਵਿੱਚ ਖਾਸ ਤੌਰ 'ਤੇ ਕੈਂਸਰ ਦੀ ਬਿਮਾਰੀ ਜਿਹੜੀ ਹੈਗੀ ਹੈ ਜਾਂ ਹੋਰ ਐਸੀਆਂ ਨਾ ਮੁਰਾਦ ਬਿਮਾਰੀ ਜਿਨ੍ਹਾਂ ਬਾਰੇ ਕਦੀ ਨਹੀਂ ਸੁਣਿਆ ਸੀ, ਉਹ ਲੋਕਾਂ ਦੇ ਵਿੱਚ ਉਹਦਾ ਕਾਰਨ ਇਹੀ ਹੈ ਕਿ ਜਿਹੜਾ ਇੰਡਸਟਰੀਅਲ ਵੇਸਟੇਜ ਨੈਚੁਰ ਕੁਦਰਤੀ ਸੋਮਿਆਂ 'ਚ ਪੈਣਾ, ਚਾਹੇ ਬੁੱਢਾ ਨਾਲੇ ਰੂਪ ਵਿੱਚ ਪੈ ਰਿਹਾ, ਚਾਹੇ ਕਾਲਾ ਸਿੰਘਾਂ ਡਰੇਨ ਵਿੱਚ ਰਾਹੀਂ ਜਾ ਰਿਹਾ, ਜਾਂ ਜਮਸੇੜ ਡਰੇਨ ਰਾਹੀਂ ਜਾ ਰਿਹਾ, ਜਾਂ ਫਗਵਾੜਾ ਡਰੇਨ ਰਾਹੀਂ ਜਾ ਰਿਹਾ, ਜਾਂ ਉੱਤੋਂ ਘਟਾਵ ਨਾਲੇ ਰਾਹੀਂ ਜਾ ਰਿਹਾ, ਜਾਂ ਉਹ ਘੱਗਰ ਦਰਿਆ ਵਿੱਚ ਕਿਸੇ ਵੀ ਸ਼ਹਿਰ ਦਾ ਜਾ ਰਿਹਾ, ਉਹਦਾ ਸਭ ਤੋਂ, ਕਿਉਂਕਿ 70% ਬਿਮਾਰੀਆਂ ਗੰਦੇ ਪਾਣੀ ਨਾਲ ਲੱਗਦੀਆਂ, ਹੈਪੇਟਾਈਟਸ ਬੀ ਡੀ, ਇਹ ਸਾਰਾ ਕੁਛ ਆਉਂਦਾ, ਕੋਈ ਇਹਦਾ ਕਾਰਨ ਕੀ ਹੈ? ਗੰਦਾ ਗੰਦਗੀ ਹੈ, ਗੰਦਾ ਪਾਣੀ ਹੈ, ਇਹ ਸਭ ਤੋਂ ਜ਼ਿਆਦਾ ਹੁਣ ਕੈਂਸਰ ਨੂੰ ਜ਼ਿਆਦਾ ਵੀ ਇਹ ਫੈਲ ਰਿਹਾ, ਕਿਉਂਕਿ ਗੰਦੇ ਪਾਣੀ ਕਰਕੇ। ਸੋ ਹੁਣ ਆਮ ਅਸੀਂ ਅਵੇਸ਼ਲੇ ਬਹੁਤ ਹਾਂ, ਕਿਉਂਕਿ ਪੰਜਾਬ ਦੇ ਪਾਣੀ ਵਿੱਚ ਕਦੇ ਟੈਸਟ ਕਰਵਾਉਣ ਦੀ ਲੋੜ ਹੀ ਨਹੀਂ ਸੀ, ਕਿਉਂਕਿ ਗਲੇਸ਼ੀਅਰ ਖੁਰ ਕੇ ਪਾਣੀ ਆਉਂਦਾ ਸੀ, ਪਰ ਅੱਜ ਜਿਹੜਾ ਹੈਗਾ ਵਾ ਕਿ 400-400 ਫੁੱਟ ਤੱਕ ਪਾਣੀ ਪੀਣ ਯੋਗ ਨਹੀਂ ਰਿਹਾ। ਸੋ ਇਹ ਸਾਰਾ ਕੁਛ ਮਨੁੱਖੀ ਗਲਤੀਆਂ ਕਰਕੇ ਹੋਇਆ, ਅਤੇ ਜੇ ਅਸੀਂ ਪੰਜਾਬ ਦੀ ਧਰਤੀ 'ਤੇ ਹੋਇਆ ਵੀ ਅਸੀਂ ਬਾਣੀ ਤੋਂ ਬੇਮੁੱਖ ਹਾਂ, ਜੋ ਬਾਣੀ ਕਹਿੰਦੀ ਹੈ ਜੀ ਉਹਦੇ ਅਨੁਸਾਰ ਚੱਲਦੇ, ਅਤੇ ਕਦੇ ਵੀ ਸਾਡੇ ਵੱਡੇ ਵਡੇਰਿਆਂ ਨੇ ਸੋਚਿਆ ਨਹੀਂ ਹੋਊਗਾ, ਜਿਹੜੇ ਧਰਤੀ ਦਾ ਕੁਦਰਤ ਦਾ ਸਤਿਕਾਰ ਕਰਦੇ ਸੀ, ਵੀ ਇੰਨਾ ਕੁਦਰਤ ਦੇ ਨਾਲ ਸਾਡਾ ਜਿਹੜਾ ਹੈਗਾ ਜ਼ਾਲਮ ਵਤੀਰਾ ਹੋਊਗਾ, ਇਹ ਕੋਈ ਸੋਚ ਵੀ ਨਹੀਂ ਸਕਦਾ। ਸੋ ਇਹ ਜਿਹੜਾ ਵਤੀਰਾ ਵਾ ਇਹਦੇ ਰਿਜ਼ਲਟ ਹੀ ਅਸੀਂ ਭੋਗ ਰਹੇ ਹਾਂ। ਸੋ ਹੁਣ ਜਿਸ ਤਰ੍ਹਾਂ ਹੋਰ ਕਿਹੜੇ ਕਿਹੜੇ ਮੇਜਰ ਪ੍ਰੋਜੈਕਟਸ ਤੁਹਾਡੇ ਸੰਸਥਾ ਵੱਲੋਂ ਚਲਾਏ ਜਾ ਰਹੇ ਨੇ ਜਿਹਦੇ ਨਾਲ ਕਿ ਇਨਵਾਇਰਮੈਂਟ ਪ੍ਰਤੀ ਤੁਸੀਂ ਕੁਝ ਨਾ ਕੁਝ ਕਰ ਰਹੇ ਹੋ? ਹਾਂ, ਉਹਦੇ ਵਾਸਤੇ ਇੱਕ ਤਾਂ ਪਵਿੱਤਰ ਵੇਈਂ ਦੀ ਸੇਵਾ, ਫਿਰ ਸੁਲਤਾਨਪੁਰ ਦੇ ਆਲੇ ਦੁਆਲੇ ਉਹਨਾਂ ਇਲਾਕੇ ਦੇ ਵਿੱਚ ਡਿਸਟ੍ਰਿਕਟਾਂ ਵਿੱਚ ਜਿਹੜੇ ਹੈਗੇ ਆ ਪਲਾਂਟੇਸ਼ਨ ਕਰ ਰਹੇ ਹਾਂ। ਸਾਡੀ ਇੱਕ ਨਰਸਰੀ ਆ, ਉਹਦੇ 70-80 ਹਜ਼ਾਰ ਬੂਟਾ ਅਸੀਂ ਫਰੀ ਜਿਹੜਾ ਹੈਗਾ ਲਾਉਂਦੇ ਵੀ ਹਾਂ, ਕੁਛ ਵੰਡਦਿਆਂ ਦਿੰਦੇ ਹਾਂ। ਉਹਦੇ ਨਾਲ ਪਿੰਡਾਂ ਵਿੱਚ ਸੀਵਰੇਜ ਸਿਸਟਮ ਦਾ, ਕਿਉਂਕਿ ਇੱਕ ਪਿੰਡ ਦੇ ਸਾਫ਼ ਹੋਣ ਨਾਲ ਜੇ ਸੀਚੇ ਵਾਲ ਸਾਫ਼ ਹੋ ਗਿਆ, ਪੰਜਾਬ ਨੇ ਇਹੀ ਕਹਿੰਦੇ ਹਰ ਪਿੰਡ ਸਾਫ਼ ਸੁਥਰਾ ਹੋਵੇ, ਉਹ ਸੀਵਰੇਜ ਸਿਸਟਮ ਜਿਹੜਾ ਹੈਗਾ, ਜਿਹੜੇ ਬਾਹਰ NRI ਵੀਰ ਬੈਠੇ ਆ, ਜਿੱਥੇ ਜਿਹੜੇ ਚਾਹੁੰਦੇ ਆ ਇਸ ਦਲਦਲ 'ਚੋਂ, ਗੰਦਗੀ 'ਚੋਂ ਨਿਕਲਣਾ ਚਾਹੁੰਦੇ ਆ, ਉਹਦੀ ਅਸੀਂ ਸਪੋਰਟ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਸੀ, ਤਲਵੰਡੀ ਮਾਧੋ, ਸੋਹਲ ਖਾਲਸਾ, ਸ਼ੇਰਪੁਰ ਦੋਨਾਂ ਉਹਦੇ ਨਾਲ, ਭੌਰ, ਮਬਲੀਪੁਰ, ਮਾਲਵੇ ਦੇ ਵਿੱਚ ਲੋਹਾਰਾ, ਚੱਕਰ ਪਿੰਡ ਸਭ ਤੋਂ ਵੱਡਾ, ਕਾਫੀ ਵੱਡਾ ਪਿੰਡ ਆ, ਜਿਹਦੇ ਵਿੱਚ 10-15 ਹਜ਼ਾਰ ਦੀ ਜਿੱਥੇ ਆਬਾਦੀ ਹੈ, ਉਹਦੇ ਵਿੱਚ ਇੱਕ ਸਾਲ ਤੋਂ ਅੰਦਰ ਅੰਦਰ ਉਹਦੇ ਵਿੱਚ ਸੀਵਰੇਜ ਸਿਸਟਮ ਹੋ ਗਿਆ। ਨੈਚੁਰਲ ਜਿਹੜੇ ਛੱਪੜ ਸੀ ਉਹਨੂੰ 2 ਹਿੱਸਿਆਂ 'ਚ ਵੰਡ ਕੇ, ਇੱਕ ਸਾਫ਼ ਪਾਣੀ, ਇੱਕ ਗੰਦਾ ਪਾਣੀ। ਇਹ ਕਹਿੰਦੇ ਇਹ ਜਿਹੜਾ ਸਾਰਾ ਕੁਛ ਪਾਣੀ, ਗੰਦੇ ਪਾਣੀ ਸਰਾਫ਼ ਬਣਿਆ, ਇਹ ਵਰਦਾਨ ਸਿੱਧ ਹੋ ਸਕਦੇ ਆ ਜੇਕਰ ਇਹਨੂੰ ਟ੍ਰੀਟ ਕਰਕੇ ਅਸੀਂ ਖੇਤੀ ਨੂੰ ਲਾਉਣ ਯੋਗ ਬਣਾ ਦਈਏ, ਅਤੇ ਜੇ ਗੰਦੇ ਪਾਣੀਆਂ 'ਚ ਪੈਂਦੇ ਆ ਇਹ ਜ਼ਹਿਰ ਆ, ਅਤੇ ਜੇ ਖੇਤੀ ਨੂੰ ਲੱਗਦੇ ਆ ਖੇਤੀ ਵਾਸਤੇ ਅੰਮ੍ਰਿਤ ਆ, ਕਿਉਂਕਿ ਉਹਦੇ ਵਾਸਤੇ ਸਾਰੇ ਪੌਸ਼ਟਿਕ ਜਿਹੜੀ ਖੁਰਾਕ ਆ ਸਾਡੀ ਖੇਤੀ ਦੀ, ਉਹ ਸਾਰੀ ਜਿਹੜੀ ਹੈਗੀ ਆ ਜਿਹੜੀ ਨੈਚੁਰਲੀ ਆਪਾਂ ਜਿਹਨੂੰ ਔਰਗੈਨਿਕ ਖੇਤੀ ਕਹਿੰਦੇ ਹਾਂ, ਉਹ ਇਹਨਾਂ ਪਾਣੀਆਂ ਦੇ ਨਾਲ ਕੀਤੀ ਜਾ ਸਕਦੀ ਹੈ, ਉਹ ਅਸੀਂ ਉਹਦਾ ਬਦਲ ਦੇ ਰਹੇ ਹਾਂ। ਤੀਸਰਾ ਨਾਲ ਅਸੀਂ ਐਜੂਕੇਸ਼ਨ ਦੇ ਉੱਤੇ ਕਰ ਰਹੇ ਹਾਂ, ਨਰਸਰੀ ਤੋਂ ਲੈ ਕੇ MA ਤੱਕ, ਸੀਚੇਵਾਲ ਸਕੂਲ ਕਾਲਜ ਚੱਲਦਾ, MSc ਕੰਪਿਊਟਰ, MA ਪੰਜਾਬੀ, ਹੋਰ ਵੀ ਜਿਹੜੀਆਂ ਹੈਗੀਆਂ। ਫਿਰ ਸੁਲਤਾਨਪੁਰ ਇੱਕ ਝੁੱਗੀ ਝੌਂਪੜੀਆਂ ਵਾਲੇ ਵਾਸਤੇ ਅਸੀਂ ਚਲਾਉਂਦੇ ਹਾਂ, ਜਿਹਦੇ ਵਿੱਚ ਇਕੱਲੇ ਜਿੰਨੇ ਲਿਫਾਫੇ ਚੁੱਕਣ ਵਾਲੇ ਜਾਂ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਐਜੂਕੇਸ਼ਨ ਦਿੰਦੇ ਹਾਂ, ਅਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਜਿਸ ਤਰ੍ਹਾਂ ਆਪਾਂ ਕਹਿੰਦੇ ਗੱਤਕਾ, ਇਹਦੀ ਅਕੈਡਮੀ ਸ਼ੁਰੂ ਕੀਤੀ ਆ, ਜਿਹੜੇ ਹੁਣ ਆਮ ਨਰਸਰੀ ਜਿਹੜੀ ਹੈਗੀ ਆ ਸਕੂਲ ਲੈਵਲ ਦੇ ਉੱਤੇ ਜਿੰਨੇ ਵੀ ਕੰਪੀਟੀਸ਼ਨ ਹੁੰਦੇ ਆ ਉਹ ਸਾਡੇ ਸਕੂਲ ਦੀ ਉਸ ਅਖਾੜੇ ਦੀ ਟੀਮ ਆ ਜਿਹੜੀ, ਜਿਹੜੇ ਉਹ ਬੱਚੇ ਆ। ਫਿਰ ਅਸੀਂ ਹਾਕੀ ਦਾ ਅਸੀਂ ਕਰ ਰਹੇ ਹਾਂ ਨਰਸਰੀ ਤਿਆਰ, ਜਿਹਦੇ ਵਿੱਚ ਐਸਟ੍ਰੋਟਰਫ ਸੀਚੇਵਾਲ ਲੱਗੀ ਹੋਈ ਆ। ਉਹਦੇ ਨਾਲ ਨਾਲ ਅਸੀਂ ਹੁਣ ਕੁਸ਼ਤੀ ਨੂੰ ਸ਼ੁਰੂ ਕੀਤਾ ਕਿ ਕੁਸ਼ਤੀ ਨੂੰ ਵੀ ਜਿਹੜਾ ਹੈ ਪ੍ਰਮੋਟ ਕੀਤਾ ਜਾਵੇ, ਕਿਉਂਕਿ ਪਾਤਸ਼ਾਹ ਨੇ ਇਹਨਾਂ ਖੇਡਾਂ ਨੂੰ ਬੜਾ ਸਤਿਕਾਰ ਦਿੱਤਾ, ਕਿਉਂਕਿ ਜੇ ਅਸੀਂ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖਣਾ, ਜੇ ਅਸੀਂ ਉਹਨਾਂ ਦਾ ਭਵਿੱਖ ਉਜਲਾ ਚਾਹੁੰਦੇ ਹਾਂ, ਉਹਨਾਂ ਨੂੰ ਸਾਨੂੰ ਜਿਹੜਾ ਹੈਗਾ ਤਾਕਤਵਰ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਜਿਹੜਾ ਹੈਗਾ ਉਹਨਾਂ ਨੂੰ ਖੇਡਾਂ ਵੱਲ ਕੁਛ ਨਾ ਕੁਛ ਉਹਨੂੰ ਮੌਕੇ ਦੇਣੇ ਚਾਹੀਦੇ ਆ, ਤਾਂ ਕਿ ਉਹਨਾਂ ਦਾ ਲਾਹਾ ਲੈ ਕੇ ਉਹ ਆਪਣਾ ਜੀਵਨ ਸਕਸੈਸਫੁਲ ਜੀ ਸਕਣ। ਸਾਡੇ ਸਾਰੇ ਦਰਸ਼ਕਾਂ ਵੱਲੋਂ ਅਤੇ ਸਮੂਹ ਕੈਨੇਡੀਅਨ ਵਾਸੀਆਂ ਵੱਲੋਂ ਤੁਹਾਨੂੰ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਨੇਕ ਕੰਮ ਨੂੰ ਅੱਗੇ ਲੈ ਕੇ ਆਏ। ਧੰਨਵਾਦ, ਤੁਹਾਡਾ ਸਭ ਦਾ ਧੰਨਵਾਦ, ਕਿਉਂਕਿ ਤੁਸੀਂ ਇੱਕ ਜ਼ਰੀਆ ਦਿੱਤਾ ਕਿ ਅਸੀਂ ਸਾਰੇ ਇੱਥੇ ਕੈਨੇਡਾ 'ਚ ਬੈਠੇ ਲੋਕਾਂ ਨੂੰ ਜਾ ਕੇ ਮਿਲ ਤਾਂ ਨਹੀਂ ਸਕਦੇ ਵੀਰਾਂ ਨੂੰ, ਪਰ ਇੱਕ ਤੁਸੀਂ ਇੱਕ ਜ਼ਰੀਆ ਦਿੰਦੇ ਹਾਂ, ਤੁਸੀਂ ਸਨਮੁਖ ਕਰਾਉਂਦੇ, ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ। ਪਿਛਲੇ 25 ਸਾਲਾਂ ਤੋਂ ਭਾਈਚਾਰੇ ਦੀ ਆਰਥਿਕ ਖੁਸ਼ਹਾਲੀ ਵਿੱਚ ਹਿੱਸਾ ਪਾਉਂਦਾ ਆ ਰਿਹਾ ਖਾਲਸਾ ਕ੍ਰੈਡਿਟ ਯੂਨੀਅਨ, ਜਿੱਥੇ ਤੁਹਾਨੂੰ ਪਰਿਵਾਰ ਵਾਂਗ ਟ੍ਰੀਟ ਕੀਤਾ ਜਾਂਦਾ ਹੈ, ਪੰਜਾਬੀ ਵਿੱਚ ਗੱਲਬਾਤ ਹੁੰਦੀ ਹੈ ਤੇ ਤੁਹਾਡਾ ਪੈਸਾ ਕਮਿਊਨਿਟੀ ਵਿੱਚ ਹੀ ਲਾਇਆ ਜਾਂਦਾ ਹੈ।
ਖਾਸ ਖੜੇ ਯੂਨੀਅਨ ਆਪਣੇ ਤਾਂ ਆਪਣੇ ਹੀ ਹੁੰਦੇ ਨੇ। ਗੱਲ ਹੋਵੇ ਬੱਚਿਆਂ ਨੂੰ ਸਕਾਲਰਸ਼ਿਪਸ ਦੇਣ ਦੀ ਜਾਂ ਮੈਂਬਰਸ ਨੂੰ ਇਨਾਮ ਦੇਣ ਦੀ, ਖਾਲਸਾ ਕ੍ਰੈਡਿਟ ਯੂਨੀਅਨ ਅੱਗੇ ਹੀ ਹੁੰਦਾ ਹੈ। ਖਾਲਸਾ ਕ੍ਰੈਡਿਟ ਯੂਨੀਅਨ, ਤੁਹਾਡੀ ਆਪਣੀ ਕ੍ਰੈਡਿਟ ਯੂਨੀਅਨ। ਕਿਸੇ ਵੀ 5 ਬ੍ਰਾਂਚਸ ਵਿੱਚ ਖਾਤਾ ਖੁਲਵਾਓ। ਲਾਈਟਿੰਗ ਦੀ ਦੁਨੀਆ ਵਿੱਚ ਇੱਕੋ ਇੱਕ ਚਮਕਦਾ ਨਾਮ ਸੇਵ ਮੋਰ ਲਾਈਟਿੰਗ ਲਿਮਿਟਡ। ਪਿਛਲੇ 21 ਸਾਲਾਂ ਤੋਂ ਦੁਨੀਆ ਦੇ ਮਸ਼ਹੂਰ ਸਪਲਾਇਰਸ ਦੇ ਉੱਚ ਕੁਆਲਿਟੀ ਦੇ ਬ੍ਰਾਂਡਡ ਪ੍ਰੋਡਕਟਸ ਤੁਸੀਂ ਇੱਥੋਂ ਹੋਲਸੇਲ ਕੀਮਤਾਂ 'ਤੇ ਖਰੀਦ ਸਕਦੇ ਹੋ। ਸ਼ੈਂਡਲੀਅਰਸ, ਕ੍ਰਿਸਟਲਸ, ਪੋਟ ਲਾਈਟਸ, ਗਾਰਡਨ ਲਾਈਟਸ, ਪੈਂਡੈਂਟਸ, ਵੈਨਿਟੀ ਜਾਂ ਆਊਟਡੋਰ ਲਾਈਟਿੰਗ ਇੱਕੋ ਛੱਤ ਹੇਠਾਂ ਤੁਸੀਂ ਬਹੁਤ ਹੀ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸਪੈਸ਼ਲ ਰੇਟਸ ਫੋਰ ਬਿਲਡਰਸ ਐਂਡ ਕੰਟਰੈਕਟਰਸ। ਅੱਜ ਹੀ ਪਹੁੰਚੋ ਸੇਵ ਮੋਰ ਲਾਈਟਿੰਗ, ਯੂਨਿਟ 137, 12639, 80th Avenue, Surrey।